ਬਹੁਤ ਜ਼ਿਆਦਾ ਪ੍ਰੋਬਲਮ ਸੀ ਗਠੀਏ ਦੀ, ਮੈਂ ਬਹੁਤ ਜ਼ਿਆਦਾ ਦੁਖੀ ਸੀਗੀ। ਤੁਰ ਕੇ ਬਾਥਰੂਮ 'ਚ ਨਹੀਂ ਜਾ ਸਕਦੀ, ਪਰ ਹੁਣ ਮੈਂ ਬਿਲਕੁਲ ਠੀਕ ਹਾਂ। ਮੈਂ ਸੱਤਵੀਂ ਵਾਰ ਆਈ ਹਾਂ ਸ਼ੁਕਰਾਨੇ ਦੇ ਤੌਰ 'ਤੇ। ਤਸਵੀਰਾਂ ਉਸ ਪਵਿੱਤਰ ਅਸਥਾਨ ਦੀਆਂ ਨੇ ਜਿੱਥੇ ਇੱਕ ਦਾਤੀ ਦੇ ਨਾਲ ਫਾਂਡਾ ਕਰਕੇ ਹਜ਼ਾਰਾਂ ਸੰਗਤਾਂ ਦੇ ਜੋੜਾਂ ਦੇ ਦਰਦ ਨੂੰ ਦੂਰ ਕੀਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਬਖਸ਼ਿਆ ਸੀ, ਦਾਤ ਬਖਸ਼ੀ ਸੀ, ਤੇ ਇੱਥੇ ਦਾਤੀ ਦੇ ਨਾਲ ਫਾਂਡਾ ਕਰਕੇ ਦੂਰੋਂ ਦਰਾਡਿਓ ਤੋਂ ਆਈਆਂ ਸੰਗਤਾਂ ਦੇ ਜੋੜਾਂ ਦੇ ਦਰਦ ਨੂੰ ਠੀਕ ਕੀਤਾ ਜਾਂਦਾ ਹੈ। 1634 ਈਸਵੀ ਦੇ ਵਿੱਚ 6ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਇੱਥੇ ਨਵਾਂ ਸ਼ਹਿਰ ਦੇ ਪਿੰਡ ਗੋਬਿੰਦਪੁਰ 'ਚ ਆਏ ਸਨ, ਇਸ ਥਾਂ 'ਤੇ ਗੁਰੂ ਸਾਹਿਬ ਨੇ ਚਰਨ ਪਾਏ ਅਤੇ ਨਨੂਆ ਵੰਸ਼ ਦੇ ਸਿੰਘਾਂ ਨੇ ਗੁਰੂ ਸਾਹਿਬ ਦੀ ਖੂਬ ਸੇਵਾ ਕੀਤੀ। ਇਸੇ ਤੋਂ ਖੁਸ਼ ਹੋ ਕੇ ਨਨੂਆ ਵੰਸ਼ ਦੇ ਸਿੰਘਾਂ ਦੇ ਪਰਿਵਾਰ ਦੇ ਜੋੜਾਂ ਦੇ ਦਰਦ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਦਾਤੀ ਦੇ ਝਾੜੇ ਨਾਲ ਹੀ ਠੀਕ ਕਰ ਦਿੱਤਾ। ਪਰਿਵਾਰ ਦੇ ਗਠੀਆਂ ਦੇ ਦਰਦ ਨੂੰ ਠੀਕ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਵਰਦਾਨ ਦਿੱਤਾ ਕਿ ਨਨੂਆ ਵੰਸ਼ ਦੇ ਸਿੰਘ ਦਾਤੀ ਦੇ ਨਾਲ ਫਾਂਡਾ ਕਰਕੇ ਹੋਰ ਸੰਗਤ ਨੂੰ ਵੀ ਜੋੜਾਂ ਦੇ ਦਰਦ ਤੋਂ ਨਿਜਾਤ ਦਿਵਾ ਸਕਣਗੇ। ਜਿਸ ਤੋਂ ਬਾਅਦ ਨਨੂਆ ਵੰਸ਼ ਦੀਆਂ ਕਰੀਬ 6 ਤੋਂ 7 ਪੀੜ੍ਹੀਆਂ ਨੇ ਜੋ ਇਸ ਪਿੰਡ ਦੇ ਵਿੱਚ ਦਾਤੀ ਦੇ ਝਾੜੇ ਨਾਲ ਹਜ਼ਾਰਾਂ ਸੰਗਤਾਂ ਦੇ ਜੋੜਾਂ ਦੇ ਦਰਦ ਨੂੰ ਦੂਰ ਕਰਦੀਆਂ ਨੇ। ਦੱਸ ਦਈਏ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਵਰ ਦਿੱਤਾ ਸੀ। ਨਨੂਆ ਵੰਸ਼ ਦੇ ਸਿੰਘਾਂ ਦੇ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਇਸ ਪਿੰਡ 'ਚ ਵਿਰਾਜੇ ਸਨ, ਉਹਨਾਂ ਨੇ ਚਰਨ ਪਾਏ ਸਨ, ਅਤੇ ਉਸ ਵੇਲੇ ਨਨੂਆ ਵੰਸ਼ ਦੇ ਸਿੰਘਾਂ ਨੇ ਹੀ ਗੁਰੂ ਸਾਹਿਬ ਦੀ ਸੇਵਾ ਕੀਤੀ ਸੀ, ਅਤੇ ਇਸੇ ਤੋਂ ਹੀ ਖੁਸ਼ ਹੋ ਕੇ ਗੁਰੂ ਸਾਹਿਬ ਨੇ ਨਨੂਆ ਵੰਸ਼ ਨੂੰ ਇਹ ਵਰਦਾਨ ਦਿੱਤਾ। ਤਾਂ ਹੁਣ ਵੀ ਦੂਰ ਦੁਰਾਡਿਓ ਤੋਂ ਸੰਗਤਾਂ ਇੱਥੇ ਪਹੁੰਚਦੀਆਂ ਨੇ ਅਤੇ ਉਹਨਾਂ ਦੇ ਪੈਰਾਂ ਦਾ ਦਾਤੀ ਦੇ ਨਾਲ ਫਾਂਡਾ ਕੀਤਾ ਜਾਂਦਾ ਹੈ ਅਤੇ ਉਹਨਾਂ ਦੇ ਜੋੜਾਂ ਦੇ ਦਰਦ ਨੂੰ ਦੂਰ ਕੀਤਾ ਜਾਂਦਾ ਹੈ। ਮੀਰੀ ਵੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੀਂ ਜੋ ਕਿ ਸੰਨ 1634 ਸੰਮਤ 1694 ਹਾੜ੍ਹ ਦੇ ਮਹੀਨੇ ਇਸ ਸਥਾਨ 'ਤੇ ਆਏ ਸਨ। ਉਸ ਸਥਾਨ 'ਤੇ ਉਸ ਵੇਲੇ ਜਿੱਥੇ ਹੁਣ ਗੁਰਦੁਆਰਾ ਸ਼ੋਭਤ ਹੈ ਉੱਥੇ ਬੜੇ ਬੜੇ ਪਿੱਪਲਾਂ ਦੇ ਦਰਖਤ ਹੁੰਦੇ ਸਨ। ਮਹਾਰਾਜ ਨੇ ਪਿੱਪਲਾਂ ਦੇ ਦਰਖਤ ਥੱਲੇ ਠੰਡੀ ਛਾਂ ਥੱਲੇ ਆਰਾਮ ਕੀਤਾ। ਔਰ ਇਸੇ ਨਗਰ ਦੇ ਨਨੂਆ ਪਰਿਵਾਰ ਨੇ ਜਿਨ੍ਹਾਂ ਦਾ ਬਜ਼ੁਰਗ ਬੜਾ ਦੁਖੀ ਸੀ, ਮੰਜੇ ਨਾਲ ਜਕੜਿਆ ਪਿਆ ਸੀ, ਚੱਲਣ ਫਿਰਨ ਤੋਂ ਅਸਮਰੱਥ ਸੀ, ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਪਰਿਵਾਰ ਨੇ, ਸੱਚੇ ਪਾਤਸ਼ਾਹ ਕਿਰਪਾ ਕਰੋ ਬਜ਼ੁਰਗ ਤੰਦਰੁਸਤ ਹੋ ਜਾਏ, ਬੜਾ ਇਲਾਜ ਕਰਾਇਆ ਠੀਕ ਨਹੀਂ ਹੋ ਰਿਹਾ। ਸੱਚੇ ਪਾਤਸ਼ਾਹ ਨੇੜੇ ਪਈ ਕੱਟੇ ਪੱਠੇ ਕੱਟਣ ਵਾਲੀ ਦਾਤੀ ਸਰੀਰ ਨਾਲ ਛੁਆ ਕੇ ਧਰਤੀ ਨਾਲ ਲਗਾ ਦਿੱਤੀ ਔਰ ਬੋਲਿਆ, ਬਜ਼ੁਰਗਾ ਤੂੰ ਠੀਕ ਆ, ਤੰਦਰੁਸਤ ਹੋ ਗਿਆ। ਔਰ ਸ਼ਾਮ ਨੂੰ ਜਦੋਂ ਮਹਾਰਾਜ ਅੱਗੇ ਲਈ ਜਾਣ ਲੱਗੇ ਆਪਣੀ ਖੁਸ਼ੀ ਵਿੱਚ ਇੱਕ ਬਚਨ ਕਰ ਗਏ ਆਪਦੇ ਪਾਸ ਦੂਰੋਂ ਦੁਰਾਡਿਓ ਇਸੀ ਮਰੀਜ਼ ਦੇ ਸੰਗਤ ਆਵੇਗੀ, ਆਪਦੇ ਨਨੂਆ ਪਰਿਵਾਰ ਦਾ ਜੋ ਵੀ ਬੱਚਾ ਜਨਮ ਲਵੇਗਾ ਤੋ ਬੱਚਾ ਵੱਡਾ ਜਵਾਨ ਬੁਢਾਪਾ ਵੱਡਾ ਜੋ ਵੀ ਪਰਿਵਾਰ ਦਾ ਮੈਂਬਰ ਹੋਵੇਗਾ ਉਹ ਹੀ ਸੇਵਾ ਕਰੇਗਾ, ਉਹਦੀ ਸੇਵਾ ਸਦਕਾ ਇਹ ਸੰਗਤ ਜੋ ਦੂਰੋਂ ਆਉਂਦੀ ਹੈ ਉਹ ਤੰਦਰੁਸਤ ਹੋ ਕੇ ਜਾਵੇਗੀ। ਉਹ ਇਸ ਤਰ੍ਹਾਂ ਅੱਜ ਉਹਨਾਂ ਮਹਾਰਾਜ ਦੇ ਬੱਚਿਆਂ ਦੇ ਸਦਕਾ ਨਨੂਆ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਜਾਂਦੀ ਆ। ਇਹ ਸੇਵਾ ਸਿਰਚਵਾਰ 2 ਟਾਈਮ ਐਤਵਾਰ ਸਵੇਰੇ ਕਰਕੇ ਕੀਤੀ ਜਾਂਦੀ ਹੈ। ਇਸ ਤਰ੍ਹਾਂ 5 ਸਿਰਚਵਾਰ 5 ਐਤਵਾਰ ਹਾਜ਼ਰੀਆਂ ਭਾਨੀਆਂ ਜ਼ਰੂਰੀ ਹਨ। ਅਸੀਂ ਹੁਣ 5 ਚੌਂਕੀਆਂ ਪੂਰੀਆਂ ਕਰਦੀਆਂ ਨੇ, 5 ਸ਼ਨੀਵਾਰ ਐਤਵਾਰ ਆ ਚੁੱਕੇ ਹਾਂ, ਅਤੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਸੀ ਗਠੀਏ ਦੀ, ਮੈਂ ਬਹੁਤ ਜ਼ਿਆਦਾ ਦੁਖੀ ਸੀਗੀ, ਮੈਂ ਤੁਰ ਕੇ ਬਾਥਰੂਮ 'ਚ ਨਹੀਂ ਜਾ ਸਕਦੀ, ਪਰ ਹੁਣ ਮੈਂ ਬਿਲਕੁਲ ਠੀਕ ਹਾਂ। ਮੈਂ 7ਵੀਂ ਵਾਰ ਆਈ ਹਾਂ ਸ਼ੁਕਰਾਨੇ ਦੇ ਤੌਰ 'ਤੇ।
ਹੁਣ ਮੈਂ ਆ ਰਹੀ ਹਾਂ 10 ਪੂਰੀਆਂ ਕਰਨੀਆਂ ਚਾਹੁੰਦੀ ਹਾਂ ਮੈਂ ਆਪਣੀ ਖੁਸ਼ੀ ਦੇ ਨਾਲ ਕਿ ਮੈਂ ਠੀਕ ਹੋ ਗਈ ਹਾਂ ਬਿਲਕੁਲ। ਵੈਸੇ ਤਾਂ 5 ਫੰਡੇ ਤੋਂ ਬਾਅਦ ਨਿਜਾਤ ਮਿਲ ਜਾਂਦੀ ਦਰਦ ਤੋਂ, ਤੁਸੀਂ 10 ਵਾਰੀ ਕਰਾ ਲਈ? ਹਾਂਜੀ, ਅਸੀਂ ਸਵੇਰੇ ਸਵੇਰੇ 5 ਵਜੇ ਸ਼ੁਰੂ ਹੋ ਜਾਂਦਾ ਸ਼ਨੀਵਾਰ ਫੰਡ ਆ, ਅਤੇ ਅਸੀਂ ਸ਼ੁੱਕਰਵਾਰ ਸ਼ਾਮ ਨੂੰ ਇੱਥੇ ਪਹੁੰਚ ਜਾਂਦੇ ਹਾਂ। ਜਿਹੜੇ ਦੂਰ ਦੀ ਸੰਗਤ ਹੈ ਕੋਈ ਵੀ, ਉਹ ਸ਼ਾਮ ਨੂੰ ਇੱਥੇ ਸ਼ੁੱਕਰਵਾਰ ਆ ਸਕਦੀ ਹੈ, ਪਹੁੰਚ ਜੇ। 5 ਵਜੇ ਸ਼ੁਰੂ ਹੋ ਜਾਂਦਾ ਫੰਡਾ, ਉਸ ਤੋਂ ਬਾਅਦ ਸ਼ਾਮ ਨੂੰ ਫਿਰ ਹੁੰਦਾ 2:30-3 ਵਜੇ। ਪੂਰਨ ਤੌਰ ਤੇ ਦਰਦ ਤੋਂ ਨਿਜਾਤ ਮਿਲ ਚੁੱਕੀ? ਬਿਲਕੁਲ ਹੈ, ਮੈਂ ਬਿਲਕੁਲ ਠੀਕ ਠਾਕ ਹਾਂ, ਬਹੁਤ ਅੱਛੀ ਤਰ੍ਹਾਂ। ਮੈਂ ਕੋਈ ਦਵਾਈ ਨਹੀਂ ਖਾਂਦੀ ਹੁਣ ਬਿਲਕੁਲ। ਪਹਿਲਾਂ ਡਾਕਟਰਾਂ ਦੇ ਕਾਫੀ ਧੱਕੇ ਖਾਦੇ? ਪਹਿਲਾਂ PGI ਤੋਂ ਵੀ ਇਲਾਜ ਚੱਲਦਾ ਸੀ, ਮਾਨਸਾ ਵੀ ਗਈ ਸੀ, ਉੱਥੇ ਜਿੱਥੇ ਅਰਜਨ ਦੇਵ ਜੀ ਦਾ ਨਕੋਦਰ ਸਾਹਿਬ ਗੁਰਦੁਆਰਾ, ਉੱਥੇ ਵੀ ਗਈ ਸੀ, ਉੱਥੇ ਮੈਨੂੰ ਫਰਕ ਪਿਆ। ਬਹੁਤ ਜਗ੍ਹਾ 'ਤੇ ਗਈ ਹਾਂ ਮੈਂ, ਮਤਲਬ ਕੋਈ ਜਗ੍ਹਾ ਛੱਡੀ ਨਹੀਂ ਹੈਗੀ, ਪਰ ਇੱਥੋਂ ਮੈਨੂੰ ਹੁਣ ਆਰਾਮ ਆ ਗਿਆ। ਮੈਂ ਚੰਡੀਗੜ੍ਹ ਤੋਂ ਆਇਆ ਸੀ। ਕੀ ਸਮੱਸਿਆ ਸੀ ਤੁਹਾਨੂੰ? ਤੁਹਾਨੂੰ ਜੋੜਾਂ ਦੀ ਪ੍ਰੋਬਲਮ ਸੀਗੀ, ਅਤੇ ਅਸੀਂ ਮਤਲਬ ਹੁਣ ਦੂਜੀ ਵਾਰ ਆਏ ਹਾਂ। ਪਿਛਲੇ ਸੈਚਰਡੇ ਵੀ ਆਏ ਸੀ, ਪਿਛਲੇ ਸੈਚਰਡੇ ਵੇਲੇ ਇੱਕਦਮ ਸਵੇਰੇ, ਅਤੇ ਉਸ ਤੋਂ ਬਾਅਦ 7-8, ਫਿਰ ਇਹ ਟਾਈਮ 'ਤੇ ਵੀ, ਅਤੇ ਸੰਡੇ ਨੂੰ ਸਵੇਰੇ, ਅਤੇ ਹੁਣ ਫਿਰ ਦੂਜੀ ਵਾਰੀ ਫਿਰ ਆਏ ਹਾਂ। ਅਤੇ ਮਤਲਬ ਕਾਫੀ ਫਰਕ ਹੈ ਸਾਨੂੰ, ਬੜਾ ਕਾਫੀ ਹੁਣ ਦਰਦ ਤੋਂ ਰਾਹਤ ਹੈ ਤੁਹਾਨੂੰ? ਹਾਂਜੀ ਬਿਲਕੁਲ। ਕਿੰਨੇ ਫੰਡੇ ਕਰਾ ਚੁੱਕੇ? ਮਤਲਬ 3 ਤਾਂ ਉਸ ਦਿਨ ਕਰਦੇ ਆ ਨਾ ਸੈਚਰਡੇ, ਅਤੇ 1 ਫਿਰ ਕਰਦੇ ਆ ਸੰਡੇ ਨੂੰ ਸਵੇਰੇ। ਹਾਂਜੀ, ਪੂਰਨ ਤੌਰ 'ਤੇ ਆਪਾਂ ਕਹਿ ਦਈਏ ਰਾਹਤ ਮਹਿਸੂਸ ਹੋ ਰਹੀ ਹੈ ਪਹਿਲਾਂ ਨਾਲੋਂ? ਹਾਂ, ਬੜਾ ਫਰਕ ਹੈ, ਬਹੁਤ ਫਰਕ ਹੈ।